ਭਾਰਤੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਕਿੰਗ ਹੈਬਿਟ ਅਤੇ ਜਾਤੀਵਾਦੀ ਮਕਾਨ ਮਾਲਕਾਂ ਕਾਰਨ ਕਿਰਾਏ ਲਈ ਪ੍ਰਾਪਰਟੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇੱਕ ਆਕਲੈਂਡ ਨਿਵਾਸੀ ਜੋ ਕਿ ਗੁਮਨਾਮ ਰਹਿਣਾ ਚਾਹੁੰਦਾ ਹੈ ਨੇ ਦਾਅਵਾ ਕੀਤਾ ਹੈ ਕਿ ਉਹ ਕਿਰਾਏ ਲਈ ਪ੍ਰਾਪਰਟੀ ਲਈ ਅਰਜ਼ੀ ਦਿੰਦੇ ਸਮੇਂ ਨਸਲਵਾਦ ਦਾ ਸ਼ਿਕਾਰ ਹੋਇਆ ਸੀ। ਉਸਨੇ ਕਿਹਾ ਕਿ ਮੈਂ 6 ਮਹੀਨਿਆਂ ਤੱਕ ਘਰ ਲੱਭਣ ਲਈ ਸੰਘਰਸ਼ ਕੀਤਾ ਅਤੇ ਜਦੋਂ ਮੈਂ ਅਰਜ਼ੀ ਦਿੱਤੀ ਤਾਂ ਮੈਨੂੰ ਅਸਵੀਕਾਰ ਪਾਇਆ ਗਿਆ। ਜਦੋਂ ਮੈਂ ਘਰ ਲਈ ਅਰਜ਼ੀ ਦਿੱਤੀ ਤਾਂ ਮੈਨੂੰ ਰੱਦ ਕਰ ਦਿੱਤਾ ਗਿਆ ਅਤੇ ਜਦੋਂ ਮੈਂ ਜਾਂਚ ਕੀਤੀ ਤਾਂ ਪਤਾ ਲਗਾਇਆ ਕਿ ਘਰ ਕਿਸ ਨੂੰ ਮਿਲਿਆ ਹੈ ਤਾਂ ਇਹ ਘਰ ਹਮੇਸ਼ਾ ਕਿਸੇ ਗੋਰੇ ਪਰਿਵਾਰ ਲਈ ਹੁੰਦਾ ਸੀ। ਪੂਜਾ ਸ਼ਰਮਾ ਜੋ ਕਿ ਇੱਕ ਨਿਊਜ਼ੀਲੈਂਡਰ ਹੈ ਅਤੇ ਭਾਰਤ ਤੋਂ ਪ੍ਰਵਾਸ ਕਰਕੇ ਇੱਥੇ ਆਈ ਹੈ, ਇੱਕ 8 ਸਾਲ ਦੇ ਬੱਚੇ ਦੀ ਇਕੱਲੀ ਮਾਂ ਹੈ ਅਤੇ ਕਿਰਾਏ ਲਈ ਪ੍ਰਾਪਰਟੀ ਲੱਭਣ ਦੇ ਸੰਘਰਸ਼ ਵਿੱਚੋਂ ਲੰਘ ਰਹੀ ਹੈ। ਸ਼ਰਮਾ ਜੋ ਕਿ ਆਕਲੈਂਡ ਦੇ ਵਿੱਚ ਰਹਿੰਦੀ ਹੈ ਨੇ ਦੱਸਿਆ ਹੈ ਕਿ ਇੱਕ ਮਕਾਨ ਮਾਲਕ ਨੇ ਉਸ ਨੂੰ ਦੱਸਿਆ ਕਿ ਸਾਨੂੰ ਸੱਚਮੁੱਚ ਚਿੰਤਾ ਹੈ ਕਿ ਸਾਡੇ ਘਰ ਵਿੱਚ ਭਾਰਤੀ ਲੋਕਾਂ ਦੁਆਰਾ ਪਕਾਏ ਜਾਣ ਵਾਲੇ ਭੋਜਨ ਦੇ ਕਾਰਨ ਬਦਬੂ ਆਵੇਗੀ। ਸ਼ਰਮਾ ਕਹਿੰਦੀ ਹੈ ਕਿ ਇਹ ਇੱਕ ਨਸਲੀ ਗੱਲ ਹੈ। ਉਸਨੇ ਦੱਸਿਆ ਕਿ ਮੈਂ ਇੱਕ ਸਰਟੀਫਾਈਡ ਪਬਲਿਕ ਅਕਾਊਂਟੈਂਟ ਹਾਂ ਅਤੇ ਚੰਗੀ ਨੌਕਰੀ ਮਿਲਣ ਦੇ ਬਾਵਜੂਦ ਵੀ ਲੋਕ ਮੇਰੇ ਨਾਲ ਅਜਿਹਾ ਵਰਤਾਓ ਕਰਦੇ ਹਨ ਕਿਉਂਕਿ ਮੈਂ ਭਾਰਤੀ ਹਾਂ। ਸ਼ਰਮਾ ਨੇ ਕਿਹਾ ਕਿ ਉਸ ਘਟਨਾ ਤੋਂ ਬਾਅਦ ਮੈਂ ਆਪਣੇ ਗੋਰੇ ਦੋਸਤਾਂ ਨੂੰ ਜਾਇਦਾਦ ਦੇ ਹਵਾਲੇ ਵਜੋਂ ਵਰਤਿਆ। ਇੰਪ੍ਰੈਸ਼ਨ ਰੀਅਲ ਅਸਟੇਟ ਦੇ CEO ਰਿਸ਼ਵ ਕਪੂਰ ਨੇ ਮੰਨਿਆ ਹੈ ਕਿ ਭਾਰਤੀ ਮਕਾਨ ਮਾਲਕਾਂ ਲਈ ਭਾਰਤੀ ਖਾਣਾ ਪਕਾਉਣਾ ਸੱਚਮੁੱਚ ਇੱਕ ਮੁੱਦਾ ਹੋ ਸਕਦਾ ਹੈ। ਸਾਡੇ ਕੋਲ ਆਪਣੇ ਭਾਰਤੀ ਮਕਾਨ ਮਾਲਕਾਂ ਦੇ ਸਖ਼ਤ ਦਿਸ਼ਾ ਨਿਰਦੇਸ਼ ਹਨ। ਉਹ ਚਾਹੁੰਦੇ ਹਨ ਕਿ ਭਾਰਤੀ ਲੋਕ ਉਹਨਾਂ ਦੇ ਅਪਾਰਟਮੈਂਟ ਦੀ ਵਰਤੋਂ ਕਰਨ। ਖਾਣਾ ਪਕਾਉਣ ਦੇ ਵਿੱਚ ਸਮੱਸਿਆ ਇਹ ਹੈ ਕਿ ਕਈ ਵਾਰ ਉਹ ਮਸਾਲਿਆਂ ਦੀ ਵਰਤੋਂ ਕਰਦੇ ਹਨ ਜੋ ਅੱਗ ਦੇ ਅਲਾਰਮ ਨੂੰ ਚਮਕਾ ਦਿੰਦੇ ਹਨ। ਕਪੂਰ ਦਾ ਕਹਿਣਾ ਹੈ ਕਿ ਕੁਝ ਭਾਰਤੀ ਵੀ ਮਿਨੀਮਲ ਲਾਈਫ ਜਿਉਂਦੇ ਹਨ। ਉਹਨਾਂ ਕੋਲ ਬਿਸਤਰਾ ਨਹੀਂ ਹੈ ਤੇ ਆਪਣੀ ਪਿੱਠ ਦੀਆਂ ਸਮੱਸਿਆਵਾਂ ਕਾਰਨ ਉਹ ਫਰਸ਼ ਤੇ ਸੌਂਦੇ ਹਨ। ਕੁਝ ਮਕਾਨ ਮਾਲਕ ਇਸ ਦੀ ਵਿਆਖਿਆ ਇਸ ਨਿਸ਼ਾਨੀ ਵਿੱਚੋਂ ਕਰਦੇ ਹਨ ਕਿ ਕਿਰਾਏਦਾਰ ਆਪਣਾ ਕਿਰਾਇਆ ਅਦਾ ਕਰਨ ਦੇ ਯੋਗ ਨਹੀਂ ਹੋ ਸਕਦੇ। ਕਿਰਾਏਦਾਰਾਂ ਨੂੰ ਕਈ ਕਾਰਨਾਂ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ। ਇਹ ਸਿਰਫ ਨਸਲਵਾਦ ਨਹੀਂ ਹੈ, ਇਹ ਸਾਡਾ ਮਾੜਾ ਇਤਿਹਾਸ, ਮਾੜੀਆਂ ਉਦਾਹਰਨਾਂ ਅਤੇ ਮਕਾਨ ਮਾਲਕਾਂ ਦੇ ਮਾੜੇ ਤਜਰਬੇ ਹਨ।